ਆਓ ਅੱਜ ਆਪਾਂ ਵੀ ਇੱਕ ਪੌਣ ਚੱਕੀ ਬਣਾਉਂਦੇ ਹਾਂ। ਇਸ ਲਈ ਲੋੜੀਂਦਾ ਸਮਾਨ ਕੈਂਚੀ, ਗੂੰਦ, ਪਾਈਪ ਜਾਂ ਕਾਨਾ, ਕਾਗਜ਼ ਅਤੇ ਸੂਈ ਪੈਨ ਹੈ। ਸਭ ਤੋਂ ਪਹਿਲਾਂ ਅਸੀਂ ਕਾਗਜ਼ ਨੂੰ ਵਰਗਾਕਾਰ ਰੂਪ ਵਿੱਚ ਕੱਟਾਂਗੇ। ਹੁਣ ਇਸਨੂੰ ਚਾਰੇ ਕਿਨਾਰਿਆਂ ਤੋਂ ਕੱਟਾਂਗੇ। ਚਾਰੋਂ ਕਿਨਾਰੇ ਅੰਦਰ ਵੱਲ ਮੋੜ ਕੇ ਪਿੰਨ ਲਗਾਵਾਂਗੇ। ਪਿੰਨ ਨੂੰ ਪਾਈਪ ਵਿੱਚ ਲਗਾਵਾਂਗੇ। ਲਓ ਜੀ, ਪੌਣ ਚੱਕੀ ਤਿਆਰ ਹੈ। ਜਦੋਂ ਅਸੀਂ ਇਸਨੂੰ ਪਕੜ ਕੇ ਦੌੜਾਂਗੇ ਜਾਂ ਚੱਲਦੇ ਪੱਖੇ ਵੱਲ ਕਰਾਂਗੇ ਤਾਂ ਇਹ ਘੁੰਮਦੀ ਹੈ।